अस्सलाम वालेकुम व्यूअर्स, उम्मीद है आप सब खैर वाफियत से होंगे। मैं हूँ जुनैर अशरफ और आज मैं आपके लिए एक इन्फॉर्मेटिव समझे वीडियो, या अगर आप गोट फार्मिंग स्टार्ट करना चाह रहे हैं तो आपके लिए वीडियो बहुत अच्छी होने वाली है। वीडियो का बेसिक टॉपिक यह है कि मैं एक भाई के पास मौजूद हूँ, उनके पास ही आप जानवर दे सकते हैं, तकरीबन 25 के करीब जानवर हैं माशाल्लाह, और बीतल भी हैं, मिक्स भी हैं, सब माशाल्लाह जानवर उनके प्यारे हैं। मैंने उनसे ये पूछना है कि आप बकरियों का एक दिन का उनका कितना खर्च आता है, और कितना एक दिन को छोड़े चले एक माह का वो कितना कमा लेते हैं और उनका कितना खर्च आता है। तो इंशाल्लाह इस वीडियो में टोटल उनसे इसी टॉपिक पर बात करेंगे। तो मैं बेसिकली ग़ुलाम कादर भाई के पास मौजूद हूँ, इनकी पहले हमारे चैनल पर कोई भी वीडियो नहीं आई, तो ये फ़र्स्ट वीडियो उनकी, उनसे बात करते हैं। अस्सलाम वालेकुम सर। वालेकुम सलाम, क्या हाल है सर? अल्लाह का शुक्र। अच्छा कादर भाई, माशाल्लाह तुहाडे को किन्ने जानवर ने? माशाल्लाह को 22-23 जानवर है ने। ठीक है सर, तो सर ये जानवर की नस्ल, मिक्स ने या सारे बीतल ने? नहीं जी, बिच मिक्स भी है ने ते बीतल भी है ने। हर किस्म का जानवर रखे? हाँ जी, हर किस्म का, ज्यादा बीतल ही ने। हाँ जी, ते जेड़े ना दूसरे दरगे हो ते दो चार ही ने पारू। ठीक है, दूजे बीतल ने, वो को लोड़ लूड़ पवे ना तो फिर बेच लई दे ने। ठीक है, ठीक है भाई, कोई नहीं। अच्छा प्यारे भाई, माशाल्लाह तुहाडे को 25 जानवर ने। बेसिक वीडियो का टॉपिक है कि तुसी सानू दसना है कि एक महीने का तुहाडे जेहड़े 25 जानवर ने ये तुहाडा किन्ना खर्च हो जांदा इन्हां ते, ते तुसी इन्हां तों किन्ना कमा लैंदे। हुण दसो तुहाडा एक दिन का, मैं चलो एक दिन छड्डो, एक महीने का तुहाडा जानवर ते किन्ना खर्चा आ जांदा? ਸਾਡਾ ਯਾਨੀ ਕਿ ਡੇਲੀ ਦਾ 500-600 ਖਰਚਾ ਆ ਜਾਂਦਾ। ਹਾਂਜੀ, ਤੇ ਸਾਡਾ ਕੋ ਦੁੱਧ ਹੋ ਜਾਂਦਾ 15-16 ਕਿਲੋ ਡੇਲੀ ਦਾ। ਮਾਸ਼ਾਅੱਲਾ ਜੀ, ਤੇ ਵਿੱਚੋਂ ਬੱਕਰੀਆਂ ਸੂਣ ਵਾਲੀਆਂ ਵੀ ਹੈਗੀਆਂ ਨੇ। ਸਹੀ, ਤੇ ਜਿਹੜੀਆਂ ਸੂਈਆਂ ਵੀ ਨੇ ਕੋਈ। ਹਾਂਜੀ, ਤੇ ਸਾਡਾ ਕੋਈ 15-16-20 ਹਜ਼ਾਰ ਰੁਪਈਆ ਬਣ ਜਾਂਦਾ ਮਹੀਨੇ ਦਾ ਦੁੱਧ ਦਾ ਹੀ। ਠੀਕ ਹੈ, ਬੱਚੇ ਬੁੱਚੇ ਹਾਂ ਲੈਦਾ ਵੇਚ ਲਈਦੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ, ਅੱਛਾ ਜੀ, ਤੁਸੀਂ ਆਖਿਆ ਕਿ ਤਕਰੀਬਨ ਤੁਹਾਡਾ ਇੱਕ ਮਹੀਨੇ ਇੱਕ ਦਿਨ ਦਾ 5-5 ਸੌ ਰੁਪਇਆ ਤੁਹਾਡਾ ਪੱਠਿਆਂ ਦਾ ਖਰਚਾ ਆ ਜਾਂਦਾ? ਹਾਂਜੀ, 500-100 ਆ ਜਾਂਦਾ, 600-500 ਆ ਜਾਂਦਾ। ਨਾ ਮਤਲਬ ਮਹੀਨੇ ਦਾ 15-16 ਹਜ਼ਾਰ ਤੁਹਾਡਾ ਖਰਚਾ ਆ ਗਿਆ? ਹਾਂਜੀ ਹਾਂਜੀ, ਠੀਕ ਹੈ। ਤੇ ਦੁੱਧ ਤੁਹਾਡਾ ਮਾਸ਼ਾਅੱਲਾ 20-22 ਹਜ਼ਾਰ ਦਾ ਸੇਲ ਹੋ ਜਾਂਦਾ ਮਹੀਨੇ ਦਾ? ਹਾਂਜੀ, ਮਹੀਨੇ ਦਾ ਦੁੱਧ ਸਾਡਾ 22-20 ਹਜ਼ਾਰ ਦਾ ਸੇਲ ਹੋ ਜਾਂਦਾ। ਹਾਂਜੀ, ਤੇ ਜਿਹੜੇ ਬੱਚੇ ਹੁੰਦੇ ਨੇ ਦੋ ਦੇਵੇ ਬੱਕਰੀ ਤੇ ਉਹ ਲੇਲਾ ਵੇਚ ਲਈ ਦਾ ਤੇ ਪੱਠ ਰੱਖ ਲਈ ਦੀ। ਸਹੀ ਮਾਸ਼ਾਅੱਲਾ। ਹਾਂਜੀ, ਤੇ ਇਸ ਹਿਸਾਬ ਨਾਲ ਮਾਸ਼ਾਅੱਲਾ ਤਕਰੀਬਨ ਤੁਹਾਡੀ ਅਰਨਿੰਗ ਇੱਕ ਮਹੀਨੇ ਦੀ 20 ਬੱਕਰੀਆਂ ਸਰ 35-40 ਹਜ਼ਾਰ ਹੋ ਜਾਂਦਾ? 35-40 ਹਜ਼ਾਰ? ਹਾਂਜੀ ਬਿਲਕੁਲ ਜੀ, ਆਰਾਮ ਨਾਲ ਹੋ ਜਾਂਦਾ, ਕਿਉਂਕਿ ਤੁਹਾਡਾ 22-23 ਜ਼ਿਆਦਾ ਦੁੱਧ ਵੀ ਵੇਚ ਰਿਹਾ। ਹਾਂਜੀ ਬਿਲਕੁਲ ਜੀ, ਫਿਰ ਕੋਈ ਜਾਨਵਰ ਵੀ ਬੰਦਾ ਸੇਲ ਕਰ ਲੈਂਦਾ। ਹਾਂਜੀ ਬਿਲਕੁਲ ਜੀ, ਮਾਸ਼ਾਅੱਲਾ, ਠੀਕ ਹੈ ਜੀ। ਅੱਛਾ ਕਾਦਰ ਭਾਈ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ, ਅੱਛਾ ਤੁਸੀਂ ਇਹ ਦੱਸੋ ਕਿ ਬੱਕਰੀਆਂ ਦਾ ਕੰਮ ਤੁਸੀਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਸ਼ੁਰੂ ਕੀਤਾ ਸੀ? ਤਕਰੀਬਨ ਕੋ 6-7 ਸਾਲ ਹੋ ਗਏ ਨੇ। 6 ਸਾਲ ਪਹਿਲਾਂ? ਹਾਂਜੀ, 6-7 ਸਾਲ ਹੋ। ਠੀਕ ਹੈ। ਅੱਛਾ ਸਰ, ਇਹ ਸ਼ੁਰੂ ਤੁਸੀਂ ਕਿੰਜ ਕੀਤਾ ਸੀ? ਇਹ ਦਿਹਾੜੇ ਤੇ ਲਈਆਂ ਸੀ, ਮੁੱਲ ਲਈਆਂ ਸੀ, ਕੀ ਹਿਸਾਬ ਕਰ? ਇਹ ਜੀ ਕੋਈ ਮੁੱਲ ਲਈਆਂ ਸੀ, ਕੋਈ ਦਿਹਾੜੇ ਤੇ ਲਈਆਂ ਸੀ। ਅੱਛਾ ਜੀ, ਇਸ ਤਰ੍ਹਾਂ ਕਰਕੇ ਨਾ ਤੇ ਅਸਾਂ ਬੱਕਰੀਆਂ ਆਪਦੀਆਂ ਸਿੱਧੀਆਂ ਕੀਤੀਆਂ ਨੇ, ਦਿਹਾੜੇ ਵਾਲੇ ਸੂਏ ਪਵਾਉਂਦੇ ਰਹੇ, ਮੁੜ ਕੇ ਉਹਨਾਂ ਤੋਂ ਕੋਈ ਮੁੱਲ ਲੈ ਲਈਆਂ, ਕੋਈ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਸੀ। ਠੀਕ ਹੈ ਸਰ, ਠੀਕ ਹੈ। ਤੋ ਵੀਵਰਸ, ਅਭੀ ਇਨਕੀ ਵੀਡੀਓ ਇਨਸ਼ਾਅੱਲਾ ਮਜ਼ੀਦ ਕੰਟੀਨਿਊ ਕਰਤੇ ਹੈ। 12-14 ਬੱਚੇ ਵੀ ਬੱਕਰੀਆਂ ਸੂਈਆਂ ਨੇ 10-12। ਮਾਸ਼ਾਅੱਲਾ ਜੀ, ਕੋਈ ਵੇਚ ਲਏ ਨੇ ਕੋਈ ਬੱਚੇ ਤੇ ਕੋਈ 12-13 ਘਰੇ ਬੱਚੇ ਵੀ ਹੈਗੇ ਨੇ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਅੱਛਾ ਜੀ, ਵੈਸੇ ਮੈਂ ਤੁਹਾਨੂੰ ਕੋ ਇਹ ਵੀਡੀਓ 'ਚ ਪੁੱਛਣਾ ਨਹੀਂ ਚਾਹੁੰਦਾ, ਲੇਕਿਨ ਪੁੱਛ ਲੈਣਾ, ਇਹ ਲੋਕ ਨਾ ਮੈਨੂੰ ਕਾਫੀ ਜ਼ਿਆਦਾ ਦੋਸਤ ਪੁੱਛਦੇ ਅਸੀਂ ਜਾਨਵਰ ਖਰੀਦਣਾ ਹੁੰਦਾ। ਹਾਂਜੀ, ਕਿਉਂਕਿ ਮੈਂ ਤਾਂ ਬੇਸਿਕਲੀ ਜਾਨਣਾ ਵਾ ਜਿਹੜੇ ਚਰਵਾਹੇ ਹੁੰਦੇ ਨੇ ਨਾ ਉਹਨਾਂ ਕੋ, ਮੈਂ ਕਿਸੇ ਵਪਾਰੀ ਵਗੈਰਾ ਕੋ ਹਜੇ ਤੱਕ ਨਹੀਂ ਗਿਆ ਜੀ। ਤੇ ਸਰ, ਤੁਸੀਂ ਜਾਨਵਰ ਕੋਈ ਬੰਦਾ, ਤੁਹਾਨੂੰ ਮੈਂ ਮੋਬਾਈਲ ਨੰਬਰ ਲੈ ਕੇ ਦਾਂਗਾ ਵੀਡੀਓ 'ਚ, ਅਗਰ ਕੋਈ ਬੰਦਾ ਤੁਹਾਨੂੰ ਕਾਲ ਕਰਦਾ ਜਾਂ ਤੁਹਾਡੇ ਕੋਲ ਆਉਂਦਾ ਆਪਣੇ ਪਿੰਡ ਆਪਣੀ ਜਗ੍ਹਾ 'ਤੇ, ਤੁਸੀਂ ਉਹਨੂੰ ਜਾਨਵਰ ਸੇਲ ਕਰੋਗੇ ਕਿ ਨਹੀਂ? ਹਾਂਜੀ ਬਿਲਕੁਲ ਕਰਾ ਦੇ। ਠੀਕ ਹੈ ਸਰ, ਚਲੋ, ਠੀਕ ਹੈ। ਚਲੇ ਵੀਵਰਸ, ਕਾਫੀ ਦੋਸਤ ਮੁਝੇ ਕਹਤੇ ਹੋਤੇ ਹੈ ਕਿ ਸੇਲ ਵਾਲੇ ਜਾਨਵਰ ਵੀ ਦਿਖਾਇਆ ਕਰੇ, ਤੋ ਜਿਤਨੇ ਵੀ ਚਰਵਾਹੇ ਹੋਤੇ ਹੈ ਮੈਂ ਆਪਕੋ ਉਨਕਾ ਮਾਲ ਦਿਖਾਤਾ ਹੂੰ ਨਾ। ਮਾਲ ਦਿਖਾਨੇ ਕੀ ਇੱਕ ਤੋਂ ਚੀਜ਼ ਇਹ ਹੋਤੀ ਹੈ ਕਿ ਆਪਕੋ ਸੈਟਿਸਫੈਕਸ਼ਨ ਹੋ ਕਿ ਇਨਕਾ ਆਪਣਾ ਮਾਲ ਹੈ ਔਰ ਉਨਕੀ ਕੁਆਲਿਟੀ ਕਿਆ ਹੈ। ਦੂਸਰੀ ਚੀਜ਼ ਇਹ ਕਿ ਆਪ ਉਨਕੇ ਫਾਰਮ ਪਰ ਖੁਦ ਆਏ, ਵੋ ਆਪਕੋ ਜਾਨਵਰ ਜਿਸਕੀ ਮੈਨੇ ਵੀਡੀਓ ਬਣਾਈ, ਇਨਸ਼ਾਅੱਲਾ ਆਪ ਖੁਦ ਆਏਗਾ ਤਬ ਆਪਕੋ ਜਾਨਵਰ ਪ੍ਰੋਵਾਈਡ ਕਰਨਗੇ, ਆਨਲਾਈਨ ਨਹੀਂ ਦੇਣਗੇ। ਅੱਛਾ ਗੁਲਾਮ ਕਾਦਰ ਭਾਈ, ਹੋਰ ਕੁਝ ਦੱਸੋ ਸਾਨੂੰ ਬੱਕਰੀਆਂ ਦੇ ਬਾਰੇ ਕਿ ਬੰਦੇ ਨੂੰ, ਅਗਰ ਬੰਦਾ ਨਵੀਆਂ ਬੱਕਰੀਆਂ ਰੱਖਦਾ ਜੀ, ਉਹਨੂੰ ਕਿਹੜੀ ਹਾਈ ਕੁਆਲਿਟੀ ਕਿ ਮਹਿੰਗੀਆਂ ਲੈਣੀਆਂ ਚਾਹੀਦੀਆਂ, ਸਸਤੀਆਂ ਲੈਣੀਆਂ ਚਾਹੀਦੀਆਂ, ਕੀ ਹਿਸਾਬ? ਉਹਨੂੰ ਤਾਂ ਚਾਹੀਦਾ ਕੁ ਆਪਣਾ ਜਿਹੜਾ ਕੋਈ ਜਿੰਨੀ ਕੋਈ ਗੁੰਜਾਇਸ਼ ਹੋਵੇ ਕਿਸੇ ਦੀ, ਯਾਨੀ ਕਿ ਕੋਈ 20 ਹਜ਼ਾਰ ਭਰ ਸਕਦਾ, 40 ਭਰ ਸਕਦਾ, 50, ਜਿੰਨੇ ਤੱਕ ਕਿਸੇ ਦੀ ਗੁੰਜਾਇਸ਼ ਹੈ, ਤੇ ਉੱਤੇ ਬੱਕਰਾ ਚੰਗਾ ਛੱਡੇ ਬੱਕਰੀ ਚੰਗੀ ਬਣ ਜਾਂਦੀ ਹੈ, ਇਵੇਂ ਬੰਦੇ ਦਾ ਸਰਕਲ ਸਹੀ ਚੱਲਿਆ ਰਹਿੰਦਾ। ਠੀਕ ਹੈ ਸਰ, ਹਾਂਜੀ। ਅੱਛਾ ਸਰ, ਮਾਸ਼ਾਅੱਲਾ, ਠੀਕ ਹੈ। ਤੇ ਸਟਾਰਟ ਤੇ ਤੁਸੀਂ ਦੱਸਿਆ ਕਿ ਤੁਸੀਂ ਦਿਹਾੜੇ ਤੇ ਵੀ ਲਈਆਂ ਤੇ ਮੁੱਲ ਵੀ ਲਈਆਂ। ਹਾਂਜੀ, ਤੇ ਤੁਹਾਨੂੰ ਕੀ ਲੱਗਦਾ ਕਿ, ਅੱਛਾ ਕਾਦਰ ਭਾਈ, ਮਾਸ਼ਾਅੱਲਾ ਜਾਨਵਰ ਆਪਣੇ ਆਸਮ ਚੱਲ ਰਹੇ ਨੇ, ਤੇ ਇਹ ਸਰ ਤੁਸੀਂ ਜਾਨਵਰਾਂ ਦੀ 25 ਜਾਨਵਰ ਨੇ ਤੁਹਾਡੇ ਕੋਲ, ਤੇ ਤੁਸੀਂ ਇਹਨਾਂ ਨੂੰ ਪੱਠੇ ਵਗੈਰਾ ਕੀ ਮੀਨ ਕੇ ਦੇਣ 'ਚ ਇਹਨਾਂ ਨੂੰ ਕਿੰਝ ਪੱਠੇ ਦਿੰਦੇ ਜੇ? ਕੋਈ ਆਪ ਪੱਠੇ ਲੈ ਮੀਨ ਕੇ
ਬੀਜੀ ਹੋਏ ਨੇ ਜਾਂ ਸਾਰੀ ਦਿਹਾੜੀ ਚਰਾਈ ਕਰਾਂਦੇ ਜੇ? ਨਹੀਂ ਜੀ, ਪਹਿਲੀ ਠੇਕੇ ਤੇ ਲਈ ਹੋਈ ਏ। ਅੱਛਾ ਜੀ, ਯਾਨੀ ਕਿ ਕੋਈ 2 ਕਿੱਲੇ ਲਈ ਹੋਈ ਏ। ਹਾਂਜੀ, ਬੱਕਰੀਆਂ ਵਾਸਤੇ, ਜਿਹੜੀਆਂ 22-24 ਬੱਕਰੀਆਂ ਨੇ ਇਹਨਾਂ ਵਾਸਤੇ। ਠੀਕ ਹੈ। ਤੇ ਵਿੱਚੋਂ ਕੋਈ ਦੁਹਾੜਾ ਪੱਠੇ ਬੀਜੇ ਹੋਏ ਨੇ। ਹਾਂਜੀ। ਤੇ ਦੂਸਰਾ ਕੋਈ ਕਣਕ ਬੀਜੀ ਹੋਈ ਏ। ਠੀਕ ਹੈ। ਤੇ ਦੂਸਰਾ ਕੋਈ ਮੋਟੀ ਫਸਲ ਕਿੱਲਾ ਬੀਜ ਲਈ ਦੀ ਹੈ, ਕੋਈ ਖਰਚਾ ਖੁਰਚਾ ਬਣ ਜਾਂਦਾ। ਸਹੀ ਸਹੀ ਸਰ। ਤੇ 2 ਕਿੱਲੇ ਪਹਿਲੀ ਠੇਕੇ ਵਾਸਤੇ ਇਹਨਾਂ ਵਾਸਤੇ ਲਈ, ਜੰਤਰ ਜੁੰਤਰ ਵੀ ਬੀਜ ਲਈ ਦਾ ਪਹਿਲੀ ਖੁੱਲੀ ਹੋ ਜਾਂਦੀ। ਠੀਕ ਹੈ, ਠੀਕ ਹੈ ਸਰ। ਅੱਛਾ ਗੁਲਾਮ ਕਾਦਰ ਬਾਈ, ਇਸ ਸਾਈਡ ਤੇ ਆ ਜਾਓ ਜ਼ਰਾ, ਆਪਾਂ ਥੋੜੇ ਜਾਨਵਰ ਵੀ ਮਗਰ ਆਉਣ ਜੀ, ਦੋਸਤਾਂ ਨੂੰ ਪਤਾ ਲੱਗੇ ਕਿ ਇਹ ਵਾਕਈ ਜਾਨਵਰ ਵਾਲੇ ਇਹਨਾਂ ਦੇ ਆਪਣੇ ਹੀ ਨੇ। ਤੇ ਇਹ ਸਰ ਬੇਸਿਕਲੀ ਮੈਂ ਪੁੱਛਣਾ ਸੀ ਕਿ ਤੁਸੀਂ ਬੱਕਰੀਆਂ ਨੂੰ ਇਹ ਜਿਹੜਾ ਅੱਜ ਕੱਲ੍ਹ ਕਿਹੜਾ ਚਾਰਾ ਦੇ ਰਹੇ? ਬਰਸੇਮ ਦੇ ਰਹੇ? ਚਾਰਾ ਬਰਸੇਮ ਦਾ ਪਾਉਣੇ ਆ ਜੀ, ਬੱਕਰੀਆਂ ਟੋਰ ਫੇਰ ਕੇ ਨਾ। ਹਾਂਜੀ। ਤੇ ਬਰਸੇਮ ਦਾ ਕੋਈ 4-5 ਪੰਡਾਂ ਵੱਢ ਕੇ ਪਿਛਲੇ ਟਾਈਮ ਪਾ ਦੀਦੀਆਂ। ਠੀਕ ਹੈ ਜੀ। ਹਾਂਜੀ। ਅੱਛਾ, ਬਰਸੇਮ ਤੋਂ ਇਲਾਵਾ ਕੋਈ ਸੁੱਕਾ ਚਾਰਾ ਪਾਉਂਦੇ ਅੱਜ ਕੱਲ੍ਹ ਕਿ ਨਹੀਂ ਪਾ ਰਹੇ ਤੁਸੀਂ? ਸੁੱਕਾ ਇਹੋ ਹੀ ਹੈ ਜੀ, ਕੋਈ ਫੇਰ ਫੂਰ ਲਈ ਦੀਆਂ, ਕੋਈ ਮਟਰੀ ਮੁਟਰੀ ਲੱਭ ਜਾਂਦੀ ਰਹੀ ਏ। ਮਟਰੀ ਤੇ ਹੁਣ ਸ਼ਾਰਟ ਹੋ ਗਈ, ਮਟਰੀ ਨਹੀਂ ਲੱਭਦੀ ਪਈ। ਪਹਿਲਾਂ ਤਾਂ ਮਟਰੀ ਚਾਰਦੇ ਰਹੇ ਅਸਾਂ ਮੁੱਲ ਲੈ ਕੇ ਬੱਕਰੀਆਂ ਨੂੰ, ਤੇ ਹੁਣ ਮਟਰੀ ਖਤਮ ਹੋ ਗਈ ਤੇ ਹੁਣ ਤੇ ਪੱਠੇ ਪੁੱਠੇ ਪਾਈਦੇ ਨੇ, ਤੇ ਕੋਈ ਖਾਲਾ ਬੰਨਾ ਫੇਰ ਲਈਦਾ। ਕੋਈ ਨਹੀਂ, ਇਹਨਾਂ ਨੂੰ ਤੁਸੀਂ ਕੋਈ ਦਾਣਾ, ਕੋਈ ਹੋਰ ਖਲ ਚੋਕਰ, ਕੋਈ ਵੰਡਾ ਛੰਡਾ ਪਾਉਂਦੇ ਬੱਕਰੀਆਂ ਨੂੰ? ਹਾਂਜੀ, ਸ਼ਾਮ ਨੂੰ ਜਿਹੜੀ ਬੱਕਰੀ ਦੁੱਧ ਦਿੰਦੀ ਉਹਨੂੰ ਕੋਈ ਦਾਣੇ ਕਣਕ ਦੇ ਪਾਈਦੇ ਨੇ। ਠੀਕ ਹੈ ਜੀ। ਤੇ ਕੋਈ ਚੋਕਰ ਵੀ ਪਾ ਦੀਦਾ। ਠੀਕ ਠੀਕ। ਇਹਨੇ ਨਾਲ ਦੁੱਧ ਦੁੱਧ ਮਾਸ਼ਾਅੱਲਾ ਫਿਰ ਵਾਹਵਾ ਦਿੰਦੀ ਹੈ, ਬੱਚੇ ਬੁੱਚੇ ਵੀ ਰਜਾ ਦੀਦੇ, ਸਾਨੂੰ ਵੀ ਰਜਾ ਦਿੰਦੀ ਹੈ ਮਾਸ਼ਾਅੱਲਾ। ਹਾਂਜੀ। ਅੱਛਾ ਸਰ, ਆਹ ਉੱਥੇ ਆ ਜਾਓ, ਥੋੜ੍ਹਾ ਅੱਗੇ ਚੱਲਦੇ ਹਾਂ, ਬੱਕਰੀਆਂ ਦੇ ਵਿੱਚ ਖੜੇ ਹੋਈਏ ਨਾ, ਜ਼ਿਆਦਾ ਮਜ਼ਾ ਆਉਂਦਾ। ਅੱਛਾ ਕਾਦਰ ਬਾਈ, ਇਹ ਬੱਕਰੀਆਂ ਮਾਸ਼ਾਅੱਲਾ 20-25 ਜਾਨਵਰ ਵੀ ਉਹਦੇ ਪਾਸ ਹੈ, ਔਰ ਕੁਆਲਿਟੀ ਆਪ ਖੁਦ ਦੇਖ ਰਹੇ ਹੈ ਮਾਸ਼ਾਅੱਲਾ। ਬੇਸਿਕਲੀ ਵੀਡੀਓ ਬਣਾਉਣੇ ਕਾ ਮਕਸਦ ਇਹ ਥਾ ਕਿ ਆਪਕੋ ਅਗਰ ਆਪ ਗੋਟ ਫਾਰਮਿੰਗ ਸਟਾਰਟ ਕਰਨਾ ਚਾਹਤੇ ਹੈ ਨਾ, ਤੋ ਉਸਕਾ ਥੋੜ੍ਹਾ ਬਹੁਤ ਆਪਕੋ ਅੰਦਾਜ਼ਾ ਹੋ ਜਾਏ ਕਿ ਬੰਦਾ ਕਿਤਨੇ ਪੈਸੋ ਸੇ ਸਟਾਰਟ ਕਰ ਸਕਤਾ ਹੈ। ਅੱਛਾ ਕਾਦਰ ਬਾਈ, ਤੁਸੀਂ ਸ਼ੁਰੂ ਤੇ ਬੱਕਰੀਆਂ ਕਿੰਨੀਆਂ ਕੁ ਰੱਖੀਆਂ ਸੀ ਵੀ ਦੱਸੋ ਜ਼ਰਾ ਜੀ? ਬੱਕਰੀਆਂ ਯਾਨੀ ਕਿ 4 ਰੱਖੀਆਂ ਸੀ ਸ਼ੁਰੂ ਤੇ। ਹਾਂਜੀ। ਅੱਛਾ, ਤੇ ਇਹ 4 ਤੋਂ ਮਾਸ਼ਾਅੱਲਾ ਤੁਸੀਂ 22 ਬਣਾਈ? ਹਾਂਜੀ, 4 ਤੋਂ ਮਾਸ਼ਾਅੱਲਾ 22 ਬਣ ਗਈਆਂ, ਤੇ ਕੋਈ ਮੁੱਲ ਲੈ ਲਈਆਂ ਸੀ। ਹਾਂਜੀ। ਕੋਈ ਦਿਹਾੜੇ ਲੈ ਲਈਆਂ ਸੀ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਸੀ। ਠੀਕ ਹੈ, ਠੀਕ ਹੈ। ਤੇ ਕੋਈ ਬੱਚੇ ਬੁੱਚੇ ਸਾਨੂੰ ਆ ਗਏ ਸੀ, ਕੋਈ ਬੱਕਰੇ ਮੁੱਲ ਲੈ ਲਏ ਸੀ, ਏਦਾਂ ਕਰਕੇ ਜੀ ਆਪਦਾ ਸਰਕਲ ਸਿੱਧਾ ਕੀਤਾ ਮਾਸ਼ਾਅੱਲਾ। ਅੱਛਾ ਗੁਲਾਮ ਕਾਦਰ ਵੀ, ਇਸ ਤੋਂ ਇਲਾਵਾ ਤੁਸੀਂ ਕੁਰਬਾਨੀ ਲਈ ਜਾਨਵਰ ਤਿਆਰ ਕਰਕੇ ਸੇਲ ਕਰਦੇ ਆ, ਸਿਰਫ ਬੱਕਰੀਆਂ ਦਾ ਸ਼ੌਕ ਆ? ਨਹੀਂ ਜੀ, ਬੱਕਰੀਆਂ ਦਾ ਸ਼ੌਕ ਸਾਨੂੰ, ਕੋਈ ਚੰਗੇ ਬੱਕਰੇ ਦਾ ਸ਼ੌਕ ਏ। ਹਾਂਜੀ। ਤੇ ਲਈਦੇ ਵੀ ਬੱਕਰੇ ਤੇ ਦੇਸੀ, ਤੇ ਵੇਚ ਵੀ ਦੇਈਦੇ ਨੇ ਕੋਈ ਆ ਜਾਵੇ ਤੇ। ਠੀਕ ਹੈ, ਠੀਕ ਹੈ। ਹਾਂਜੀ, ਠੀਕ ਹੈ। ਤੋ ਵੀਵਰਸ, ਅਭੀ ਇਨਕੇ ਸਾਥ ਇਨਸ਼ਾਅੱਲਾ, ਜੋ ਵੀ ਗੋਟ ਫਾਰਮਿੰਗ ਕੇ ਨਈ ਗੋਟ ਫਾਰਮਿੰਗ ਬੰਦਾ ਕਰਨਾ ਚਾਹਤਾ ਹੈ ਨਾ, ਉਸਕੇ ਜੋ ਵੀ ਕੁਐਸਚਨ ਹੋਤੇ ਹੈ ਇਨਸ਼ਾਅੱਲਾ, ਮੈਂ ਸਾਰੇ ਆਜ ਇਨਸੇ ਟਰਾਈ ਕਰੂੰਗਾ ਕਿ ਕਲੀਅਰ ਕਰੂੰ। ਅੱਛਾ ਕਾਦਰ ਭਾਈ, ਤੁਸੀਂ ਇਹ ਬੱਕਰੀਆਂ ਜਦੋਂ ਸਟਾਰਟ ਕੀਤੀਆਂ ਸੀ, ਇਹਨਾਂ ਦਾ ਕੋਈ ਜ਼ਿਆਦਾ ਬੰਦੇ ਨਾ ਹੁਣ ਜਾਂ ਗਾਵਾਂ ਦੀ ਫਾਰਮਿੰਗ ਕਰਦੇ ਨੇ, ਉਹ ਬੜਾ ਸ਼ੈੱਡ ਸ਼ੁੱਡ ਬਣਾ ਲੈਂਦੇ ਨੇ, ਕਿ ਬੱਕਰੀਆਂ ਦੀ ਫਾਰਮਿੰਗ ਲਈ ਸ਼ੈੱਡ ਬਣਾਉਣਾ ਜ਼ਰੂਰੀ ਹੈ ਕਿ ਸਿੰਪਲ ਵਾੜੇ ਨਾਲ ਵੀ ਕੰਮ ਚੱਲ ਸਕਦਾ? ਨਹੀਂ ਜੀ, ਸਿੰਪਲ ਚਾਹੀਦਾ, ਪਹਿਲਾਂ ਤਾਂ ਵਾੜਾ ਸਿੰਪਲ ਹੀ ਚਾਹੀਦਾ। ਹਾਂਜੀ। ਤੇ ਯਾਨੀ ਕਿ ਫਿਰ ਜਿਵੇਂ ਜਿਵੇਂ ਕੰਮ ਬੰਦੇ ਕੋਲ ਪੈਸਾ ਬੱਕਰੀਆਂ ਤੋਂ ਬੰਦਾ ਕਮਾਉਂਦਾ, ਉਦਾਂ ਭਾਵੇਂ ਸ਼ੈੱਡ ਬਣਾ ਲਵੇ ਜੋ ਜਾਵੇ, ਪਹਿਲਾਂ ਯਾਨੀ ਕਿ ਸਿੰਪਲ ਕੰਮ ਸ਼ੁਰੂ ਕਰੋ। ਠੀਕ ਹੈ, ਮੀਨ ਕਿ ਆਸਤਾ ਆਸਤਾ ਵਧਾ ਲਓ। ਹਾਂਜੀ, ਆਸਤਾ ਆਸਤਾ, ਜਿਵੇਂ ਜਿਵੇਂ ਬੱਕਰੀਆਂ ਵਧਣ ਦੀਆਂ। ਹਾਂਜੀ। ਤੇ ਕੋਈ ਬਚਤ ਹੋਵੇ ਦੀ ਤੇ ਮੁੜ ਕੇ ਆਪਦਾ ਸ਼ੈੱਡ ਬਣਾ ਲਓ, ਜਿਹੜਾ ਕੁਝ ਮਰਜ਼ੀ ਫਿਰ ਬੰਦਾ ਬਣਾ ਲਵੇ। ਠੀਕ ਹੈ ਜੀ। ਅੱਛਾ ਸਰ, ਤੁਸੀਂ ਹੁਣ ਇਹ ਵੀ ਮੇਰੇ ਨਾਲ ਜਿਹੜੇ ਦੇਖਣ ਵਾਲੇ ਦੋਸਤ ਹੁੰਦੇ ਨੇ, ਕਿਉਂਕਿ ਤੁਸੀਂ ਤਾਂ ਇੱਕ ਬਿਲਕੁਲ 4 ਬੱਕਰੀਆਂ ਤੋਂ ਸ਼ੁਰੂ ਕੀਤਾ ਮਾਸ਼ਾਅੱਲਾ, ਜਾਂ ਆਪਣੇ ਤੁਹਾਡੇ 25 ਕੁ ਜਾਨਵਰ ਨੇ। ਹਾਂਜੀ। ਤੇ ਸਰ, ਜਿਹੜੇ ਦੋਸਤ ਵੇਖਣ ਵਾਲੇ ਨੇ ਉਹ ਇਹ ਪੁੱਛਦੇ ਹੁੰਦੇ ਨੇ ਕਿ ਫਰਜ਼ ਕੀਤਾ ਇੱਕ ਬੰਦਾ ਪਿਸ਼ਾਵਰ ਤੋਂ ਹੈ ਨਾ, ਉਹ ਮੈਨੂੰ ਕਹਿੰਦਾ ਕਿ ਮੈਂ ਬੀਤਲ ਬੱਕਰੀਆਂ ਰੱਖਣੀ ਹੈ, ਤੁਹਾਨੂੰ ਕੀ ਲੱਗਦਾ ਬੰਦੇ ਨੂੰ ਫਰਜ਼ ਕੀਤਾ ਆਪਾਂ ਸਾਹੀਵਾਲ ਦੇ ਹਾਂ, ਆਪਣੀ ਜਿਹੜੀ ਬੱਕਰੀ ਪਹਿਚਾਣ ਉਹ ਬੀਤਲ ਹੈ ਜੀ, ਕਿ ਆਪਾਂ ਨੂੰ ਬੀਤਲ ਹੀ ਰੱਖਣੀਆਂ ਚਾਹੀਦੀਆਂ ਜਾਂ ਹੋਰ ਕਿਸੇ ਬਾਹਰ ਦੇ ਇਲਾਕੇ ਦੀ ਬੱਕਰੀ ਰੱਖਣੀ ਚਾਹੀਦੀ? ਨਹੀਂ, ਬੀਤਲ ਬੱਕਰੀ ਰੱਖਣੀ ਚਾਹੀਦੀ, ਦੇਸੀ ਬੱਕਰੀ ਰੱਖਣੀ ਚਾਹੀਦੀ, ਉਹਦਾ ਬੱਚਾ ਵੀ ਚੰਗਾ ਮਹਿੰਗਾ ਵਿਕ ਜਾਂਦਾ, ਉਹ ਦੁੱਧ ਵੀ ਚੰਗਾ ਦਿੰਦੀ ਏ। ਅੱਛਾ। ਤੇ ਉਹ ਯਾਨੀ ਕਿ ਖਾਤਾ ਸਿੱਧਾ ਕਰ ਦਿੰਦੀ ਬੰਦੇ ਦਾ। ਠੀਕ ਹੈ। ਅੱਛਾ, ਇੱਕ ਹੋਰ ਸਵਾਲ ਸਾਡੇ ਦੋਸਤ ਪੁੱਛਦੇ ਨੇ ਕਿ ਬੀਤਲ ਬੱਕਰੀ ਸਾਲ 'ਚ 2 ਵਾਰੀ ਬੱਚੇ ਦੇ ਸਕਦੀ ਹੈ ਕਿ ਨਹੀਂ ਦੇ ਸਕਦੀ? ਹਾਂਜੀ, ਬੱਕਰਾ ਵਿੱਚ ਹੋਵੇ 2 ਵਾਰੀ ਸਾਲ 'ਚ ਸੂ ਪੈਂਦੀ ਹੈ, ਸਾਂਭ ਮਗਰ ਪੂਰੀ ਹੋਵੇ ਬੰਦੇ ਦੀ। ਠੀਕ ਹੈ। ਸਾਲ 'ਚ 2 ਸੂਏ ਦੇ ਦਿੰਦੀ ਹੈ। ਠੀਕ ਹੈ। ਅੱਛਾ, ਸਾਲ 'ਚ ਬੰਦਾ ਵਿੱਚ 2 ਸੂਏ ਲੈਂਦਾ ਬੱਕਰੀ ਕੋ? ਹਾਂਜੀ। ਤੇ ਬੰਦੇ ਨੂੰ ਤਕਰੀਬਨ ਉਹਨੂੰ ਜ਼ਿਆਦਾ ਬੱਕਰੀ ਦੀ ਕੇਅਰ ਕਰਨੀ ਪੈਣੀ, ਮੈਨੂੰ ਉਹਦੀ ਜ਼ਿਆਦਾ ਖਿਆਲ? ਹਾਂਜੀ, ਉਹਦੀ ਕੇਅਰ ਜ਼ਿਆਦਾ ਕਰਨੀ ਪੈਣੀ ਹੈ। ਤੇ ਵੈਸੇ 1 ਵੀ ਸੂਆ ਕੋਈ ਲੋਕ ਲੈ ਲੈਂਦੇ ਨੇ, ਇਹ ਯਾਨੀ ਕਿ 2 ਸੂਏ ਲੈਣੇ ਹੋਣ ਤੇ ਫਿਰ ਯਾਨੀ ਕਿ ਉਹਨਾਂ ਨੂੰ ਪੱਠਾ ਚੰਗਾ ਪਾਓ ਤੇ ਉਹਨਾਂ ਦੀ ਸਾਂਭ ਚੰਗੀ ਕਰੋ, ਦਾਣਾ ਦੂਣਾ ਵੀ ਪਾਓ ਤੇ ਫਿਰ ਉਹ ਯਾਨੀ ਕਿ 2 ਸੂਏ ਦੇ ਦਿੰਦੀਆਂ ਨੇ ਬੜੇ ਸਕੂਨ ਨਾਲ। ਠੀਕ ਹੈ, ਠੀਕ ਹੈ। ਅੱਛਾ ਜੀ, ਇੱਕ ਸਵਾਲ ਮੈਂ ਤੁਹਾਡੇ ਕੋਲ ਅੱਗੇ ਪੁੱਛਿਆ ਆਪਣਾ, ਥੋੜ੍ਹਾ ਜਿਹਾ ਮਿਕਸ ਹੋ ਗਿਆ ਕਿ ਮੈਂ ਪੁੱਛਣਾ ਸੀ ਕਿ ਜਿਹੜੇ ਮੀਨ ਕਿ ਹੁਣ ਆਪਣੀ ਇੱਕ ਲੋਕਲ ਜਿਹੜੀ ਬਰੀਡ ਹੈਗੀ ਉਹ ਬੀਤਲ ਹੈ, ਪਿਸ਼ਾਵਰ 'ਚ ਇੱਕ ਬੰਦਾ ਰਹਿ ਰਿਹਾ, ਉੱਥੋਂ ਦੀ ਕੋਈ ਆਪਣੀ ਲੋਕਲ ਬਰੀਡ ਆ, ਜਦੋਂ ਬੰਦਾ ਨਵੀਆਂ ਨਵੀਆਂ ਬੱਕਰੀਆਂ ਪਾਲਦਾ, ਕਿ ਤੁਹਾਨੂੰ ਕੀ ਲੱਗਦਾ ਲੋਕਲ ਬੱਕਰੀਆਂ ਰੱਖਣੀਆਂ ਚਾਹੀਦੀਆਂ ਜਾਂ ਬਾਹਰ ਦੇ ਇਲਾਕੇ
ਹੁਣ ਤੁਸੀਂ ਤਾਂ ਹੈਗੇ ਨਾ ਬੇਸਿਕਲੀ ਸਾਹੀਵਾਲ ਦੇ, ਤੁਹਾਡੇ ਇਲਾਕੇ 'ਚ ਜਿਹੜੇ ਮਾਸ਼ਾਅੱਲਾ ਅੱਛੇ ਅੱਛੇ ਚਰਵਾਹੇ ਨੇ, ਜਿਹੜੇ ਮੀਨ ਕਿ ਤੁਹਾਨੂੰ ਲੱਗਦਾ ਜਿਹਨਾਂ ਕੋਲ ਬੱਕਰਾ ਵੀ ਚੰਗਾ, ਜਿਹਨਾਂ ਦਾ ਮਾਲ ਵੀ ਚੰਗਾ, ਉਹਨਾਂ ਸਾਨੂੰ ਨਾਮ ਦੱਸੋ ਮੀਨ ਕਿ ਤੁਸੀਂ ਆਪਣੇ ਇਲਾਕੇ ਦੇ ਦੱਸੋ ਇੱਕ ਦਫ਼ਾ, ਜਿਹੜਾ ਤੁਹਾਡੇ ਇਲਾਕੇ ਦਾ ਹੈਗਾ, ਤੁਹਾਨੂੰ ਲੱਗਦਾ ਇਸ ਬੰਦੇ ਕੋਲ ਬੱਕਰੀਆਂ ਸੋਹਣੀਆਂ ਅਤੇ ਚੰਗੀਆਂ ਜੀ। ਚੰਗੀ ਬੀਤਲ ਨਸਲ ਤੇ ਆਪਣਾ ਚਾਚੀ ਅਸ਼ਰਫ ਗੁੱਜਰ ਕੋਲੇ ਵੀ ਹੈਗੇ ਨੇ, ਹੈਗੀ ਏ ਚੰਗੀਆਂ ਬੱਕਰੀਆਂ ਨੇ ਮਾਸ਼ਾਅੱਲਾ, ਬੱਕਰੇ ਵੀ ਚੰਗੇ ਨੇ, ਠੀਕ ਹੈ ਜੀ। ਤੇ ਮਲਕ ਜਮੀਲ ਏ ਉਹਦੇ ਕੋਲ ਵੀ ਮਾਸ਼ਾਅੱਲਾ ਚੰਗੀਆਂ ਬੱਕਰੀਆਂ ਨੇ। ਹਾਂਜੀ ਹਾਂਜੀ, ਮਲਕ ਜਮੀਲ ਸਾਹਿਬ ਦੇ ਇਸ ਵੀਡੀਓ ਨਾ 2 ਦਿਨ ਹੋ ਗਏ ਲੈ ਕੇ ਆਏ ਸਰ। ਹਾਂਜੀ, ਬਹੁਤ ਚੰਗੀਆਂ ਢੇਰ ਹੀ ਬੱਕਰੀਆਂ ਨੇ ਤੇ ਉਹਦੇ ਕੋਲ ਮਾਸ਼ਾਅੱਲਾ ਹਰ ਰੰਗ ਦੀ ਬੱਕਰੀ ਏ, ਮਾਸ਼ਾਅੱਲਾ। ਤੇ ਬੱਚੇ ਵੀ ਨੇ ਯਾਨੀ ਕਿ ਹਾਂਜੀ ਹਾਂਜੀ। ਤੇ ਹੋਰ ਚਰਵਾਏ ਆਪਣਾ ਇਹ ਆਪਣਾ ਚਾਚਾ ਜੱਗਾ ਗੁੱਜਰ ਵੀ ਹੈਗਾ, ਲਤੀਫ ਗੁੱਜਰ ਵੀ ਹੈਗਾ, ਉਹਨਾਂ ਕੋਲ ਮਾਸ਼ਾਅੱਲਾ ਚੰਗੀਆਂ ਬੱਕਰੀਆਂ ਨੇ, ਬੀਤਲ ਹੈ ਸਾਰਿਆਂ ਕੋ ਜੀ। ਹਾਂਜੀ, ਬੀਤਲ ਹੀ ਬੱਕਰੀਆਂ ਮਾਸ਼ਾਅੱਲਾ ਸਾਰਿਆਂ ਕੋ। ਠੀਕ ਹੈ ਜੀ। ਤੋ ਵੀਵਰਸ, ਕਾਫੀ ਜ਼ਿਆਦਾ ਜੋ ਆਪ ਮੁਝਸੇ ਕੁਐਸਚਨ ਕਰਤੇ ਹੈ, ਮੈਨੇ ਕਲੀਅਰ ਵੀ ਕਰ ਦੀਏ ਇਨਸੇ, ਕਾਫੀ ਮਜ਼ੇਦਾਰ ਅਭੀ ਤੱਕ ਤੋਂ ਬਾਤਚੀਤ ਹੋਈ ਹੈ, ਤਕਰੀਬਨ 10 ਮਿੰਟ ਕੀ ਵੀਡੀਓ ਹੋ ਚੁੱਕੀ ਹੈ। ਤੋ ਆਈ ਥਿੰਕ ਆਜ ਕੇ ਲੀਏ ਇਤਨਾ ਹੀ ਕਾਫੀ ਹੈ, ਔਰ ਇਨਸ਼ਾਅੱਲਾ ਇਨਕੀ ਇੱਕ ਔਰ ਵੀਡੀਓ ਆਏਗੀ ਜਿਸਮੇ ਨਾ ਆਪਕੋ ਮੈਂ ਇਨਕਾ ਮਾਲ ਦਿਖਾਊਂਗਾ, ਮਾਲ ਕੀ ਕੁਆਲਿਟੀ ਵੀ ਦਿਖਾਊਂਗਾ, ਔਰ ਖੁਦ ਆਪਨੇ ਜੱਜ ਕਰਨਾ ਹੈ ਕਿ ਬੰਦਾ ਇਤਨੀ ਬੱਕਰੀਆਂ ਰੱਖ ਕਰ ਮੀਨ ਕਿ ਉਨਕੋ ਕੈਸੇ ਬੜਾ ਸਕਤਾ ਹੈ, ਔਰ ਉਨਸੇ ਕਿਤਨਾ ਅਰਨ ਕਰ ਸਕਤਾ ਹੈ। ਟਾਈਮ ਇਹਨਾਂ ਨੇ ਤਕਰੀਬਨ ਬਾਈ ਕਹਿ ਰਹੇ ਕਿ 5 ਤੋਂ 6 ਸਾਲ ਲੱਗੇ। ਮੈਂ ਇਹ ਆਖਰੀ ਕੁਐਸਚਨ ਮੇਰੇ ਜ਼ਿਹਨ ਮੇਂ ਵੀ ਆ ਰਿਹਾ। ਅੱਛਾ ਕਾਦਰ ਭਾਈ, ਇਹ ਮਾਸ਼ਾਅੱਲਾ ਤੁਸੀਂ ਦੱਸਿਆ ਕਿ ਤੁਹਾਨੂੰ 5 ਤੋਂ 6 ਸਾਲ ਹੋ ਗਏ ਨਾ ਬੱਕਰੀਆਂ ਚਾਰਦਿਆਂ? ਬੱਕਰੀਆਂ ਵਿੱਚੋਂ ਵੇਚੀਆਂ ਵੀ ਬੜੀਆਂ, ਸਾਨੂੰ ਜਦੋਂ ਲੋੜ ਪੈਂਦੀ ਸੀ ਅਸਾਂ ਵੇਚਦੇ ਰਹੇ ਹਾਂ, ਪੈਲੀ ਠੇਕੇ ਲੈਂਦੇ ਰਹੇ ਹਾਂ। ਠੀਕ ਹੈ ਠੀਕ ਹੈ। ਤੇ ਵੈਸੇ ਵੀ ਕੋਈ ਰਿਸ਼ਤੇਦਾਰਾਂ ਤੇ ਕੋਈ ਵਿਆਹ ਸ਼ਾਦੀ ਫਿਰ ਵੀ ਵੇਚ ਦੇਣੀ ਤੇ ਵਿੱਚੋਂ ਬੱਕਰੀਆਂ ਵੇਚੀਆਂ ਅਸਾਂ ਬੜੀਆਂ ਨੇ। ਹਾਂਜੀ, ਇਹੀ ਨਾ ਮੇਰੇ ਜ਼ਿਹਨ 'ਚ ਸਵਾਲ ਆਇਆ ਕਿ ਯਾਰ ਮੈਂ ਪਿਛਲੀ ਦਫ਼ਾ ਨਾ ਇੱਕ ਬੰਦੇ ਕੋਲ ਗਿਆ ਸੀ ਆਸਿਫ ਕੋ, ਉਹਨੇ ਤਕਰੀਬਨ ਮੈਨੂੰ 3 ਜਾਂ 4 ਸਾਲਾਂ 'ਚ ਆਖਿਆ ਕਿ 70-80 ਕੇ 100 ਬੱਕਰੀ ਬਣਾ ਲਈ ਸੀ। ਮੈਂ ਕਿਹਾ ਯਾਰ ਬਾਈ ਨੇ 6 ਸਾਲ ਲਏ, ਸਿਰਫ 20-22 ਬੱਕਰੀਆਂ। ਨਹੀਂ ਜੀ, ਵਿੱਚੋਂ ਬੱਕਰੀਆਂ ਵੇਚਦੇ ਬਹੁਤ ਰਹੇ ਹਾਂ, ਵਿੱਚੋਂ ਵੇਚੀਆਂ ਬੜੀਆਂ ਸੀ ਮਾਸ਼ਾਅੱਲਾ। ਹਾਂਜੀ ਠੀਕ ਹੈ ਜੀ। ਤੋ ਵੀ ਬਸ ਚਲੇ ਵੀਡੀਓ ਐਂਡ ਕਰਤੇ ਹਾਂ, ਉਮੀਦ ਹੈ ਆਪਕੋ ਆਜ ਕੀ ਵੀਡੀਓ ਕਾਫੀ ਅੱਛੀ ਲੱਗੀ ਹੋਗੀ, ਮੁਝੇ ਤਾਂ ਬਹੁਤ ਮਜ਼ਾ ਆਇਆ ਕਿ ਵੀਡੀਓ ਬਣਾਉਣੇ ਕਾ, ਔਰ ਕਾਫੀ ਅੱਛੇ ਕੁਐਸਚਨ ਵੀ ਕੀਏ। ਔਰ ਕਾਦਰ ਭਾਈ, ਥੋੜੀ ਸੀ ਬਾਤ ਕਰਨਾ ਚਾਹਤੇ ਹੈ ਜੀ ਸਰ ਜੀ। ਕਿਸੇ ਨੇ ਵੀ ਚੰਗਾ ਬੱਕਰਾ ਲਿਆ ਕੇ ਛੱਡਣਾ ਹੋਵੇ, ਕੋਈ ਬੱਕਰੀਆਂ ਬਣਾਉਣੀਆਂ ਹੋਣ, ਹਾਂਜੀ, ਮਲਕ ਜਮੀਲ ਕੋਲੋਂ ਬੱਕਰਾ ਚੰਗਾ ਲੱਭੇਦਾ, ਹਾਂਜੀ, ਅਸ਼ਰਫ ਗੁੱਜਰ ਕੋਲੋਂ ਬੱਕਰਾ ਚੰਗਾ ਬੱਚਾ ਲੱਭੇਦਾ, ਇਸ ਤਰ੍ਹਾਂ ਦਾ ਬੱਚਾ ਲੱਭੇਦਾ, ਇਹ ਕੁਆਲਿਟੀ ਜੀ, ਮਾਸ਼ਾਅੱਲਾ, ਇਹ ਕੁਆਲਿਟੀ ਦਾ ਹੈ ਉਹਨਾਂ ਦੇ ਬੱਕਰਿਆਂ ਦੇ ਆ, ਮੈਂ ਬੱਕਰੀ ਕੀ ਉਹਨਾਂ ਦੇ ਬੱਕਰਿਆਂ ਦੇ ਬੱਚਾ, ਹਾਂਜੀ, ਤੇ ਦੇਖ ਲਓ, ਚੈੱਕ ਕਰ ਲਓ ਮਾਸ਼ਾਅੱਲਾ ਜੀ, ਪਿਆਰਾ ਹੈ, ਚੈੱਕ ਨੂੰ ਦੇਖਣ ਵਾਲਾ ਬੰਦਾ ਕਰੇਗਾ। ਵਿਊਅਰਸ, ਇਸਕੀ ਬਹੁਤ ਮੀਨ ਕੇ ਫੇਸ ਵਗੈਰਾ ਬਹੁਤ ਪਿਆਰਾ। ਅੱਛਾ ਕਾਦਰ ਭਾਈ, ਇਹਨੂੰ ਨਾ ਤੁਸੀਂ ਇੱਕ ਦਫਾ ਛੱਡੋ, ਆਪਾਂ ਨਾ ਤੁਹਾਡੇ ਮਾਲ ਦੀ ਇੱਕ ਹੋਰ ਵੀਡੀਓ ਬਣਾਉਣੀ ਹੈ, ਉਹਦੇ ਵਿੱਚ ਇਨਸ਼ਾਅੱਲਾ ਇਹਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ, ਫਿਰ ਗੱਲ ਕਰਾਂਗੇ ਇਹ ਸੇਲ ਵਾਲਾ ਜਾਂ ਦੂਸਰਾ ਵਾ ਸ਼ੌਕ ਵਾਲਾ ਵਾ, ਠੀਕ ਹੈ ਨਾ? ਤੋ ਚਲੋ ਵੀਡੀਓ ਵਿਊਅਰਸ, ਵੀਡੀਓ ਐਂਡ ਕਰਤੇ ਹੈ, ਉਮੀਦ ਆਪਕੋ ਵੀਡੀਓ ਅੱਛੀ ਲੱਗੀ ਹੋਗੀ, ਅਗਰ ਅੱਛੀ ਲੱਗੀ ਹੋ ਤੋ ਇੱਕ ਲਾਈਕ ਔਰ ਸ਼ੇਅਰ ਕਰ ਦੀਜੀਏਗਾ, ਕਰਨਾ ਹੋ ਔਰ ਸਬਸਕ੍ਰਾਈਬ ਜ਼ਰੂਰ ਕੀਜੀਏਗਾ। ਓਕੇ ਸਰ।